ਇਹਦੇ ਵਿੱਚ ਟੌਪਿਕ ਕੀ ਹੈ? ਸੰਸਿਓਨੀ ਸਜ਼ਾ ਜੁਰਮਾਨਾ ਪਿਰ ਕੁਈ ਨੋਨ ਰਿਸਪੇਤਾ, ਜੇ ਨਹੀਂ ਤੁਸੀਂ ਰਿਸਪੈਕਟ ਕਰਦੇ ਪੇਰੀਓ ਦੀ ਗੁਵੀਦਾ। ਗੁਵੀਦੇ ਵਾਲਾ ਜਿਹੜਾ ਕਾਨੂੰਨ ਹੈ ਉਹ ਕਿੰਨਾ? 9 ਜਾਂ 10 ਘੰਟੇ ਦਿਨ ਵਿੱਚ, ਅਤੇ ਹਫ਼ਤੇ ਵਿੱਚ 45 ਘੰਟੇ, 2 ਹਫ਼ਤਿਆਂ 'ਚ 90 ਘੰਟੇ, 90/2। ਔਰ ਰਿਪੋਜ਼ੋ ਆਰਾਮ ਕੀ ਹੈ ਜੀ? 9, 11 ਜਾਂ 12 ਘੰਟੇ ਇੱਕ ਦਿਨ ਦਾ ਆਰਾਮ ਹੈ, ਔਰ ਹਫ਼ਤੇ ਦਾ ਕਿੰਨਾ? 45, 2 ਹਫ਼ਤਿਆਂ ਦਾ 90, 90/2। ਅਤੇ ਆਉਂਦਾ ਕਿ ਫਿਰ ਅਸੀਂ ਸਜ਼ਾ ਦੇਵਾਂਗੇ ਜੇ ਤੁਸੀਂ ਨਹੀਂ ਰਿਸਪੈਕਟ ਕਰਦੇ ਗੁਵੀਦੇ ਵਾਲੇ ਕਾਨੂੰਨ ਦਾ ਜਾਂ ਰਿਪੋਜ਼ੋ ਵਾਲੇ ਕਾਨੂੰਨ ਦਾ, ਅਸੀਂ ਫਿਰ ਸਜ਼ਾ ਦੇਵਾਂਗੇ। ਇਹ ਟੌਪਿਕ ਹੈ ਭਾਈ। ਫੋਟੋਜ਼ ਦੇਖੋ ਪਲੀਜ਼। ਜੀ ਇਸ ਫੋਟੋ ਦੇ ਬਾਰੇ ਚਲੋ ਸਵਾਲ ਬਣ ਜਾਣਗੇ। ਦੇਖੋ ਜਿਹੜਾ 561 ਕਾਨੂੰਨ ਹੈ ਉਹਦੀ ਅਗਰ ਪਾਸਦਾਰੀ ਪਾਬੰਦੀ ਨਾ ਕੀਤੀ ਗਈ ਤਾਂ ਮਾਮੂ ਜੀ ਜੁਰਮਾਨਾ ਕਰਨਗੇ। ਹਾਂਜੀ, ਸੰਸਿਓਨੇ ਐਡਮਿਨਿਸਟ੍ਰੇਟਿਵਾ ਹੋਏਗਾ। ਉਹ ਮਸ਼ੀਨ ਨੋਟ ਕਰਦੀ ਹੈ, ਲਿਖਦੀ ਹੈ ਵੀ, ਔਰ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਨੇ ਕਿੰਨੀ ਡਰਾਈਵਰੀ ਕੀਤੀ ਹੈ, ਜੋ ਵੀ ਹੈ। ਹਾਂਜੀ, ਜਦੋਂ ਕਿਸੇ ਟਰੱਕ ਵਾਲੇ ਨੂੰ ਜਾਂ ਬੱਸ ਵਾਲੇ ਨੂੰ ਇਹ ਕਾਨੂੰਨ ਲੱਗਦਾ ਕਿੰਨਾ ਗੱਡੀਆਂ 'ਤੇ ਵੇ, ਮੈਂ ਵੀ ਜ਼ਰਾ ਸ਼ੋਅ ਕਰ ਲੈਂਦਾ। 561 ਕਾਨੂੰਨ ਲੱਗਦਾ ਇਹਨਾਂ ਦੋਵਾਂ ਗੱਡੀਆਂ 'ਤੇ, ਠੀਕ ਹੈ ਜੀ? ਅਤੇ ਇਹਨਾਂ ਦੋਵਾਂ ਗੱਡੀਆਂ ਦੇ ਵਿੱਚ ਉਹ ਮਸ਼ੀਨ ਜੀ ਇੱਕ ਲੱਗੀ ਹੁੰਦੀ ਹੈ ਜਿਹਦਾ ਨਾਂ ਹੈ ਕਰੋਨੋ ਤਾਕੀਗ੍ਰਾਫੋ। ਇਹ ਮਸ਼ੀਨ ਦੱਸਦੀ ਹੈ ਕਿ ਇਹਨਾਂ ਨੇ ਕਿੰਨੀ ਭਾਈ ਹੋਰਾਂ ਡਰਾਈਵਰੀ ਕੀਤੀ ਹੈ, ਕਿੰਨਾ ਪੋਜ਼ਾ ਕੀਤਾ ਹੈ, ਠੀਕ ਹੈ? ਇਹ ਉਸ ਤੋਂ ਬਾਅਦ ਫਿਰ ਜੇ ਕਿਸੇ ਰਾਹ ਵਿੱਚ ਪੁਲਿਸ ਨਾਕਾ ਹੋਇਆ, ਇਹ ਰੋਕ ਲੈਣਗੇ, ਇਹ ਮਸ਼ੀਨ 'ਚ ਵੇਖ ਲੈਣਗੇ ਕੀ ਕੀਤਾ, ਜੇ ਗਲਤ ਕੀਤਾ ਤਾਂ ਜੁਰਮਾਨਾ। ਇਹਦੇ ਸਵਾਲ ਅਸੀਂ ਪੜ੍ਹਨ ਲੱਗੇ ਹਾਂ ਭਾਈ। ਪਹਿਲਾ ਸਵਾਲ, ਇਹ ਸੋਝੇ ਤੋਂ ਹੋਏਗੀ ਸੰਸਿਓਨੇ ਸਜ਼ਾ ਐਡਮਿਨਿਸਟ੍ਰੇਟਿਵਾ, ਜੁਰਮਾਨੇ ਵਾਲੀ ਸਜ਼ਾ, ਚਲੋ ਜੁਰਮਾਨੇ ਕਹਿ ਲਓ, ਜੁਰਮਾਨਾ ਹੋਏਗਾ ਉਸ ਡਰਾਈਵਰ ਨੂੰ ਕਿ ਸੁਪੇਰਾ ਜਿਹਨੇ ਜ਼ਿਆਦਾ ਕੀਤਾ ਪੀਰੀਓਦੋ ਦੀ ਗੁਵੀਦਾ, ਗੁਵੀਦਿਆਂ ਵਾਲਾ ਟਾਈਮ ਪ੍ਰੇਸਕ੍ਰਿਤੀ ਜਿਹੜਾ ਲਿਖਿਆ। ਗੁਵੀਦਾ ਕੀ ਸੀ? ਜੋਰਨੋ ਦਾ ਸੀ 9-10, ਔਰ ਹਫ਼ਤੇ ਦਾ ਸੀ 45, ਯਾਨੀ 2 ਹਫ਼ਤਿਆਂ ਦਾ 90, 90/2। ਉਹਨੂੰ ਜੁਰਮਾਨਾ ਹੋਏਗਾ ਜਿਹੜਾ ਉੱਪਰ ਲੈ ਗਿਆ ਇਹ ਗੁਵੀਦਿਆਂ ਦੇ ਟਾਈਮ ਵੀਰੋ। ਬਲਕਿ ਇੰਝ ਮੈਂ ਕਹਿ ਲੈਂਦਾ ਕਿ ਇਹ ਫੋਟੋ ਹੈ ਜਿਹੜੀ, ਇਹਦੇ ਵਿੱਚ ਮੈਂ ਸਾਰੀਆਂ ਚੀਜ਼ਾਂ ਕਵਰ ਕੀਤੀਆਂ ਨੇ, ਗੁਵੀਦਾ ਕਿੰਨਾ ਅਤੇ ਰਿਪੋਜ਼ੋ ਕਿੰਨਾ। ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਕਹਿੰਦਾ ਜੇ ਖਿਲਾਫ ਕਰੋਗੇ, ਕਾਨੂੰਨ ਤੋੜੋਗੇ ਤਾਂ ਸੰਸਿਓਨੇ ਜੁਰਮਾਨਾ ਹੋਏਗਾ। ਜੁਰਮਾਨਾ ਹੋਏਗਾ ਜੇ ਉੱਪਰ ਲੈ ਜਾਓਗੇ ਇਹਨਾਂ ਟਾਈਮਾਂ ਤੋਂ। ਫਿਰ ਆਉਂਦਾ ਸੋਝੇ ਤੋਂ। ਅੱਛਾ, ਤੁਸੀਂ ਪਿੱਛੇ ਪੜ੍ਹ ਕੇ ਆਏ ਹੋ ਕਿ ਭਾਈ ਉਹਨੇ ਕਿਹਾ ਸੀ ਕਿ ਪੀਰੀਓਦੋ ਗੁਵੀਦੇ ਨੂੰ ਥੋੜ੍ਹਾ ਜ਼ਿਆਦਾ ਕਰ ਸਕਦੇ ਹੋ ਜੇ ਗੱਡੀ ਸੁਸਤਾ ਲਾਉਣ ਵਾਸਤੇ ਥੋੜ੍ਹੀ ਜ਼ਿਆਦਾ ਚਲਾਉਣੀ ਪੈਂਦੀ ਹੈ, ਤਾਂ ਕੋਈ ਗੱਲ ਨਹੀਂ ਸੁਪੇਰਾ ਕਰ ਸਕਦੇ ਹੋ। ਹੁਣ ਉਹ ਕਹਿੰਦਾ ਜੁਰਮਾਨਾ ਹੋ ਜਾਏਗਾ। ਇਹਦਾ ਵੇਰੋ ਜਵਾਬ ਇਹ ਵੇ ਕਿ ਉਹ ਗੱਲ ਉੱਥੇ ਠੀਕ ਹੈ, ਇਹ ਕਹਿੰਦਾ ਕਿ ਜੇ ਨੋਰਮਲੀ ਵੈਸੇ ਹੀ ਤੁਸੀਂ ਉੱਪਰ ਲੈ ਜਾਂਦੇ ਹੋ ਗੁਵੀਦੇ ਦੇ ਟਾਈਮ ਨੂੰ ਤਾਂ ਫਿਰ ਜੁਰਮਾਨਾ ਹੋਏਗਾ। ਸੋ ਜੇ ਤੋ ਸੰਸਿਓ ਨੇ ਸਜ਼ਾ ਹੋਏਗੀ, ਜੁਰਮਾਨਾ ਹੋਏਗਾ ਡਰਾਈਵਰ ਨੂੰ ਕਿ ਨੋਨ ਉਸ ਸੇਰਵਾ ਜਿਹਨੇ ਪਾਬੰਦੀ ਨਾ ਕੀਤੀ ਇੰਤੇਰੂਸਿਓ ਨੇ, ਉਹ ਜਿਹੜੀ ਬ੍ਰੇਕ ਸੀ ਲੰਚ ਟਾਈਮ, ਓਬਲੀਗਾਤੋਰੀਓ ਜਿਹੜਾ ਜ਼ਰੂਰੀ ਸੀ ਦੁਰਾਂਤੇ ਇਲ ਵਿਆਜੋ ਸਫ਼ਰ ਦੇ ਟਾਈਮ, ਡਿਊਟੀ ਦੇ ਟਾਈਮ। ਫੋਟੋ ਦੇਖੋ ਪਲੀਜ਼। ਇੰਤੇਰੂਸਿਓ ਨੇ ਇਹ ਹੈ ਜੀ 45 ਮਿੰਟ, ਯਾਨੀ 4.5 ਘੰਟੇ ਡਿਊਟੀ ਕਰਨ ਤੋਂ ਬਾਅਦ ਤੁਸੀਂ ਇੰਤੇਰੂਸਿਓ ਨੇ ਕਰਨਾ ਹੁੰਦਾ 45 ਮਿੰਟ, ਇਹਦਾ ਮਾਨੀ ਕੀ ਹੈ? ਸ਼ਾਰਟ ਬ੍ਰੇਕ ਲੰਚ ਟਾਈਮ। ਔਰ ਇਹਦੀ ਫੋਟੋ ਕਿਹੜੀ ਸੀ? ਇਹਦੀ ਫੋਟੋ ਸੀ ਹੈ। ਤੂੰ ਸਵਾਲ ਇਹ ਕਹਿ ਰਿਹਾ ਸੀ ਕਿ ਭਾਈ ਜੀ ਅਗਰ ਤੁਸੀਂ ਇੰਤੇਰੂਸਿਓਨੇ ਨਹੀਂ ਕਰਦੇ ਵਿਆਜੋ ਦੇ ਟਾਈਮ ਤਾਂ ਫਿਰ ਵੀ ਜੁਰਮਾਨਾ ਹੋ ਸਕਦਾ। ਵੇਰੋ ਜੁਰਮਾਨਾ ਹੋਏਗਾ ਜੇ ਤੁਸੀਂ ਨਹੀਂ ਪਾਬੰਦੀ ਕਰਦੇ ਜਾਂ ਨਹੀਂ ਕਰਦੇ ਇੰਤੇਰੂਸਿਓਨੇ ਬ੍ਰੇਕ। ਵੇਰੋ ਤੀਸਰਾ ਸਵਾਲ,
ਸੁਜੇ ਤੂੰ ਸੰਸਿਓਨੇ ਸਜ਼ਾ ਹੋਏਗੀ ਅਮਿਨਿਸਟ੍ਰੇਟਿਵਾ ਜੁਰਮਾਨਾ ਹੋਏਗਾ ਕੁੰਦੂ ਚੇਨ ਤੇ ਉਸ ਡਰਾਈਵਰ ਨੂੰ ਕੇਸ ਪ੍ਰੋਵਿਸ ਤੋਂ ਜਿਹੜਾ ਬਗੈਰ ਏ ਤੇ ਨੀ ਮੋਦੋ ਇਨਕੰਪਲੇ ਤੋਂ ਨਾਮੁਕੰਮਲ ਏ ਅਲ ਤੇਰਾ ਤੋਂ ਜਾਂ ਗੜਬੜ ਕੀਤੀ ਹੋਈ ਏ ਰਜਿਸਟਰੋ ਦੀ ਸਰਵਿਸਿਓ ਸਰਵਿਸ ਰਜਿਸਟਰ ਸਰਵਿਸ ਰਜਿਸਟਰ ਕਿਹੜਾ ਜੀ ਆਓ ਦੇਖੀਏ ਪਹਿਲਾਂ ਤਾਂ ਫੋਟੋ ਫਿਰ ਸਵਾਲ ਵਾਲਾ ਆ ਜਾਂਦੇ ਆ ਵਾਪਸ ਅੱਲਾਹ ਅਕਬਰ ਦੇਖੋ ਜੀ ਇਹ ਇੱਕ ਮਸ਼ੀਨ ਹੈ ਜਿਹੜੀ ਵੀ ਗੱਡੀ 3 ਸ਼੍ਰੀ ਪੁਆਇੰਟ 1 ਤੋਂ ਜ਼ਿਆਦਾ ਪਾ ਰਹੀ ਜਾਂ ਨਵਾਂ ਸਵਾਰੀਆਂ ਤੋਂ ਜ਼ਿਆਦਾ ਬੰਦਿਆਂ ਵਾਲੀ ਹੈ ਉਹਦੇ 'ਚ ਇਹ ਮਸ਼ੀਨ ਲੱਗਦੀ ਹੈ ਇਹਦਾ ਨਾਂ ਹੈ ਕਰੋਨੋ ਤਾਕੀ ਗ੍ਰਾਫੋ ਪੁਰਾਣਿਆਂ ਟਰੱਕਾਂ 'ਚ ਇਹ ਆਉਂਦੀ ਸੀ ਅੱਜ ਕੱਲ੍ਹ ਨਿਊ ਟਰੱਕਾਂ 'ਚ ਇਹ ਆ ਰਹੀ ਹੈ ਅਤੇ ਇਹਦੇ ਵਿੱਚ ਫੋਲੀਓ ਦੀ ਰਜਿਸਟ੍ਰਾਸਿਓਨੇ ਕੀ ਸੀ ਉਹ ਪਰੋਲਾ ਪਲੀਜ਼ ਦੁਬਾਰਾ ਦੇਖਾਂਗੇ ਰਜਿਸਟਰੋ ਦੀ ਸਰਵਿਸਿਓ ਅਤੇ ਉਹ ਕਹਿੰਦਾ ਹੈ ਕਿ ਜੋ ਇਹ ਵਿੱਚ ਜਿਹੜਾ ਪੈਂਦਾ ਉਹ ਕਹਿੰਦਾ ਜੇ ਸਰਵਿਸ ਰਜਿਸਟਰ ਨੂੰ ਦੇ ਵਿੱਚ ਕੋਈ ਗੜਬੜ ਕਰੋਗੇ ਤਾਂ ਜੁਰਮਾਨਾ ਹੋਏਗਾ ਜਾਂ ਉਹ ਨਾਮੁਕੰਮਲ ਹੈ ਤੁਸੀਂ ਸ਼ਾਰਟ ਕਰ ਲਓ ਜੁਰਮਾਨਾ ਹੋਏਗਾ ਜੇ ਨਾਮੁਕੰਮਲ ਹੈ ਰਜਿਸਟਰੋ ਸਰਵਿਸਿਓ ਵੇਰੋ ਤਿੰਨ ਪ੍ਰੋਬਲਮ ਜੁਰਮਾਨਾ ਹੋਏਗਾ ਜੇ ਨਾਮੁਕੰਮਲ ਹੈ ਰਜਿਸਟਰੋ ਸਰਵਿਸਿਓ ਵੇਰੋ ਚੌਥਾ ਸਵਾਲ ਸੋ ਜੇ ਤੋ ਹੋਏਗੀ ਸੰਸਿਓਨੇ ਅਮਿਨਿਸਟ੍ਰੇਟਿਵਾ ਸਰਕਾਰੀ ਜੁਰਮਾਨਾ ਹੋਏਗਾ ਕੁੰਦੂ ਚੇਨ ਤੇ ਉਸ ਡਰਾਈਵਰ ਨੂੰ ਨੋਨ ਉਸ ਸੇਰਵਾ ਜਿਹੜਾ ਨਹੀਂ ਪਾਬੰਦੀ ਕਰਦਾ ਪੀਰੀਓਡੋ ਰਿਪੋਜ਼ੋ ਮਿਨੀਮਮ ਰਿਪੋਜ਼ੋ ਵਾਲੀ ਜਿਹੜੀ ਉਹ ਬ੍ਰੇਕ ਮਿਨੀਮਮ ਰਿਪੋਜ਼ੋ ਵਾਲਾ ਜਿਹੜਾ ਕਾਨੂੰਨ ਹੈ ਰਿਪੋਜ਼ੋ ਮੀਨ ਪੋਜ਼ਾ ਪੋਜ਼ਾ ਇੱਕ ਜ਼ੋਰ ਨੂੰ ਦੇਣ ਵਾਲਾ ਉਹ ਕਿੰਨੇ 9 ਦਾ 9 11 12 ਘੰਟੇ ਇੱਕ ਇਹ ਪੋਜ਼ਾ ਸੇਤੀ ਮਨਾ ਲਏ ਵੀਕਐਂਡ ਵਾਲਾ 2 ਹਫ਼ਤਿਆਂ ਦਾ 90 ਅਤੇ 1 ਦਾ 45 ਹੈ ਨਾ ਅਤੇ ਉਹ ਕਹਿੰਦਾ ਕਿ ਜਿਹੜੇ ਪੋਜ਼ੇ ਦੱਸੇ ਨੇ ਮਾਸਟਰ ਨੇ ਤੁਹਾਨੂੰ ਅਗਰ ਤੁਸੀਂ ਇਹਨਾਂ ਦੀ ਨਹੀਂ ਪਾਬੰਦੀ ਕਰਦੇ ਫਿਰ ਜੁਰਮਾਨਾ ਹੋਏਗਾ ਸੰਸਿਓ ਨੇ ਵੀਰੋ ਸੋ ਜੇ ਤੋ ਹੋਏਗੀ ਸਜ਼ਾ ਜੁਰਮਾਨੇ ਵਾਲੀ ਉਸ ਡਰਾਈਵਰ ਨੂੰ ਨੋਨ ਉਸ ਸੇਰਵਾ ਜਿਹਨੇ ਨਾ ਪਾਬੰਦੀ ਕੀਤੀ ਪੀਰੀਓਡੋ ਪਾਊਜ਼ਾ ਜਿਹੜਾ ਪਾਊਜ਼ਾ ਸੀ ਆਰਾਮ ਰਿਪੋਜ਼ੋ ਜਾਂ ਜਿਹੜਾ ਰੈਸਟ ਲੰਮੀ ਪ੍ਰੇਸਕ੍ਰਿਤੀ ਲਿਖੀ ਅਸੀਂ ਉਹਨੂੰ ਜੁਰਮਾਨਾ ਕਰਾਂਗੇ ਸਜ਼ਾ ਦਿਆਂਗੇ ਜਿਹਨੇ ਨਾ ਪਾਊਜ਼ਾ ਕੀਤਾ ਔਰ ਨਾ ਹੀ ਔਰ ਲੰਮੀ ਰੈਸਟ ਜਿਹੜੀ ਉਹ ਪੂਰੇ ਦਿਨ ਵਾਲੀ ਉਹ ਕੀਤੀ ਜਾਂ ਸੌਖਾ ਇੰਝ ਕਹਿ ਲਓ ਭਾਈ ਕਿ ਜਿਹਨੇ ਇਸ ਕਾਨੂੰਨ ਦੀ ਪਾਸਦਾਰੀ ਨਾ ਕੀਤੀ ਇੱਕ ਦਿਨ 'ਚ ਡਰਾਈਵਰੀ ਕਰਨੀ ਜੀ 9-10 ਘੰਟੇ ਔਰ ਵੀਕਐਂਡ 'ਚ ਪੂਰੇ ਹਫ਼ਤੇ ਦੀ ਡਰਾਈਵਰੀ ਕਰਨੀ 90 ਘੰਟੇ ਪੋਜ਼ਾ ਕਰਨਾ ਵੀਕਐਂਡ ਪੂਰੇ ਹਫ਼ਤੇ ਦਾ 45 ਘੰਟੇ ਯਾਨੀ 2 ਹਫ਼ਤਿਆਂ ਦਾ 90 ਔਰ ਪੋਜ਼ਾ ਇੱਕ ਦਿਨ ਦਾ 9 11 12 ਘੰਟੇ ਵੇ ਬ੍ਰੇਕ 45 ਆਉਂਦਾ ਜੇ ਇਹਨਾਂ ਚੀਜ਼ਾਂ ਨੂੰ ਨਾ ਮੰਨੋਗੇ ਜੁਰਮਾਨਾ ਹੋਏਗਾ ਸੰਸਿਓ ਨੇ ਹਾਂ ਸੋਰੀ ਇਸ ਵਰਸ ਥੱਲੇ ਵਾਲਾ 5ਵਾਂ ਮੈਨੂੰ ਸਿਰਫ ਇੱਕ ਹੀ ਫਿਕਰ ਹੈ ਕਿ ਤੁਹਾਨੂੰ ਉਹ ਜਿਹੜਾ ਉਹਨਾਂ ਦੇ ਫਰਕ ਕਰ ਸਕੋ 5 ਨੇ ਤਕਰੀਬਨ ਬਣਦੇ ਨੇ ਸਾਡੇ ਕੋਲ ਇੱਕ ਇੰਤੇਰੂਸਿਓ ਨੇ ਇੱਕ ਪੋਜ਼ਾ ਜੋਰਨੋ ਵਾਲਾ ਅਤੇ ਪੋਜ਼ਾ ਸਿਤੀ ਮਾਨੇ ਵਾਲਾ ਫਿਰ ਗੁਈਦਾ ਜੋਰਨੋ ਵਾਲਾ ਗੁਈਦਾ ਸਿਤੀ ਮਾਨੇ ਵਾਲਾ ਇਹਨਾਂ ਦੇ ਵਿੱਚ ਜੇ ਫਰਕ ਕਰ ਲਓ ਨਾ ਫਿਰ ਤਾਂ ਕੋਈ ਟੈਨਸ਼ਨ ਨਹੀਂ ਇੰਤੇਰੂਸਿਓ ਨੇ ਕਿੰਨਾ 45 ਮਿੰਟ ਗੁਈਦਾ ਜੋਰਨੋ ਵਾਲਾ ਕਿੰਨਾ 9 ਅਤੇ 10 ਘੰਟੇ ਔਰ ਗੁਈਦਾ ਸਿਤੀ ਮਾਨ ਵਾਲੇ ਵਾਲਾ ਕਿੰਨਾ ਜੀ ਵੀਕਐਂਡ ਵਾਲੀ ਬ੍ਰੇਕ ਉਹ 90/2 ਜਾਂ 90/3 ਇਸੇ ਤਰ੍ਹਾਂ ਫਿਰ ਗੁਈਦਾ ਵਾਲਾ ਆ ਜਾਓ ਗੁਈਦਾ ਜੋਰਨੋ ਕਿੰਨਾ ਸੋਰੀ ਪੋਜ਼ਾ ਜੋਰਨੋ ਸੀ 9 11 ਅਤੇ 12 ਵੇਖਿਆ ਮੈਂ ਵੀ ਭੁੱਲ ਗਿਆ ਨਾ ਫਿਰ ਕਹਿ ਲੈਂਦੇ ਇੰਤੇਰੂਸਿਓ ਨੇ ਬ੍ਰੇਕ ਕਿੰਨੀ ਹੈ 45 ਮਿੰਟ ਪੋਜ਼ਾ ਜੋਰਨੋ ਵਾਲਾ ਕਿੰਨਾ 9 11 ਅਤੇ 12 ਔਰ ਪੋਜ਼ਾ ਸੇਤੀ ਮਨਾਲੇ ਕਿੰਨਾ 90/2 ਯਾਨੀ 2 ਹਫ਼ਤੇ 90 ਘੰਟੇ
ਫਿਰ ਗੁਈਦਿਆਂ ਲਾ ਜਾਓ। ਗੁਈਦਾ ਜ਼ੋਰ ਨੂੰ ਕਿੰਨਾ ਜੀ? 9-10 ਘੰਟੇ। ਔਰ ਗੁਈਦਾ ਸੇਤੀ ਮਨਾਲੇ ਕਿੰਨਾ ਜੀ? 90/2, ਕਿ 2 ਹਫ਼ਤੇ 90 ਘੰਟੇ। ਸੇਤੀ ਮਾਨਾ ਤਾਂ ਦੋਵੇਂ ਹੀ 90/2, 90/2 ਨੇ। ਇਹ ਗੁਈਦਾ ਜ਼ੋਰ ਨੂੰ ਅਤੇ ਪੋਜ਼ਾ ਜ਼ੋਰ ਨੂੰ ਦਾ ਫ਼ਰਕ ਹੈ। ਗੁਈਦਾ ਜ਼ੋਰ ਨੂੰ 2 ਗਿਣਤੀਆਂ ਦੇ ਦਿਓ 9-10, ਪੋਜ਼ਾ ਜ਼ੋਰ ਨੂੰ 3 ਗਿਣਤੀਆਂ ਦੇ ਦਿਓ 9-11-12। ਇਨ ਤੇ ਰੁਸੀ ਉਹਨੇ ਤਾਂ ਆਇਆ ਹੀ ਵੱਖਰਾ ਹੈ ਬ੍ਰੇਕ 45 ਮਿੰਟ ਵਾਲੀ, ਠੀਕ ਹੈ ਨਾ। ਥੋੜ੍ਹਾ ਇਹਨਾਂ 'ਚ ਫ਼ਰਕ ਹੋ ਜਾਵੇ ਨਾ ਤਾਂ ਫਿਰ ਤਾਂ ਖੈਰ। ਮੇਰੇ 5ਵਾਂ ਸਵਾਲ ਆਉਂਦਾ ਹੈ ਕਿ ਹੋਏਗੀ ਸੰਸਿਓ ਨੇ ਸਜ਼ਾ ਅਮਿਨਿਸਟ੍ਰਾਤੀਵਾ ਜੁਰਮਾਨੇ ਵਾਲੀ ਕੁੰਦੂ ਚੇਨ 'ਤੇ ਉਸ ਡਰਾਈਵਰ ਨੂੰ ਨੋਨ ਉਸ ਸੇਰਵਾ ਜਿਹਨੇ ਨਾ ਪਾਬੰਦੀ ਕੀਤੀ ਪੀਰੀਓਦੋ ਪਾਊਜ਼ਾ ਦੀ ਜਾਂ ਰਿਪੋਜ਼ੋ ਜਿਹੜਾ ਲੰਮਾ ਆਰਾਮ ਹੁੰਦਾ। ਫਿਰ ਰਿਪੀਟ ਕਰਾਂਗੇ ਜੀ। ਪਹਿਲੇ ਸਵਾਲ 'ਚ ਕਹਿੰਦਾ ਕਿ ਅਸੀਂ ਜੁਰਮਾਨਾ ਕਰਾਂਗੇ, ਸਜ਼ਾ ਦੇਵਾਂਗੇ, ਸੋਟੀਆਂ ਮਾਰਾਂਗੇ ਉਸ ਡਰਾਈਵਰ ਨੂੰ ਜਿਹੜਾ ਗੁਈਦੇ ਵਾਲੇ ਟਾਈਮ ਨੂੰ ਜ਼ਿਆਦਾ ਕੀਤਾ। ਅਸੀਂ ਜੁਰਮਾਨਾ ਕਰਾਂਗੇ ਉਸ ਡਰਾਈਵਰ ਨੂੰ ਜਿਹਨੇ ਉਹ ਬ੍ਰੇਕ 45 ਮਿੰਟ ਵਾਲੀ ਨਾ ਕੀਤੀ। ਵੀਰੋ ਅਸੀਂ ਜੁਰਮਾਨਾ ਕਰਾਂਗੇ ਉਸ ਡਰਾਈਵਰ ਨੂੰ ਜਿਹਨੇ ਸਰਵਿਸੀਓ ਰਜਿਸਟਰੋ ਰਜਿਸਟਰੋ ਦੀ ਸਰਵਿਸੀਓ ਨੂੰ ਨਾ ਮੁਕੰਮਲ ਰੱਖਿਆ ਜਾਂ ਉਹਦੇ 'ਚ ਗੜਬੜ ਕੀਤੀ। ਅਸੀਂ ਜੁਰਮਾਨਾ ਕਰਾਂਗੇ ਉਸ ਡਰਾਈਵਰ ਨੂੰ ਜਿਹਨੇ ਉਹ ਰਿਪੋਜ਼ੋ ਯਾਨੀ ਉਹ ਰੈਸਟ ਵਾਲੇ ਕਾਨੂੰਨ ਨੂੰ ਨਾ ਮੰਨਿਆ। ਅਸੀਂ ਜੁਰਮਾਨਾ ਕਰਾਂਗੇ ਉਸ ਡਰਾਈਵਰ ਨੂੰ ਜਿਹਨੇ ਰੈਸਟ ਵਾਲੇ ਜਾਂ ਬ੍ਰੇਕ ਵਾਲੇ ਕਾਨੂੰਨ ਨੂੰ ਨਾ ਮੰਨਿਆ। ਵੀਰੋ ਬਸ ਇਹੀ ਜੁਰਮਾਨੇ ਨੇ ਕਿ ਉਹ ਆਰਾਮ ਵਾਲੇ ਕਾਨੂੰਨ ਨੂੰ ਨਹੀਂ ਮੰਨਿਆ, ਗੁਵਿੱਦੇ ਵਾਲੇ ਕਾਨੂੰਨ ਨੂੰ ਮੈਂ ਨਹੀਂ ਮੰਨਿਆ ਜਾਂ ਬ੍ਰੇਕ ਵਾਲੇ ਕਾਨੂੰਨ ਨੂੰ ਨਹੀਂ ਮੰਨਿਆ ਅਤੇ ਜੁਰਮਾਨਾ ਹੋਏਗਾ। ਫਾਲਸੋ ਸੁਣੋ ਭਾਈ, ਸੋਜੇ ਤੋਂ ਹੋ ਜਾਏਗਾ ਰੇਵੋਕਾ ਪਤੈਂਤੇ, ਲਾਇਸੈਂਸ ਬਲੌਕ ਹੋ ਜਾਏਗਾ, ਬਿਲਕੁਲ ਹੀ ਖਤਮ ਹੋ ਜਾਏਗਾ ਤੁਹਾਡਾ ਪਤੈਂਤੇ, ਤੁਹਾਡੇ ਕੋਲ ਖੋ ਹੀ ਲੈਣਗੇ। ਕੁੰਦੂ ਚੈਨ 'ਤੇ ਉਸ ਡਰਾਈਵਰ ਕੋਲੋਂ ਸੁਪੇਰਾ ਜਿਹਨੇ ਜ਼ਿਆਦਾ ਪੀਰੀਓਦੋ ਦੀ ਗੁਈਦਾ ਡਰਾਈਵਰੀ ਕੀਤੀ ਜਿਹੜੀ ਲਿਖੀ ਹੈ ਮਾਸਟਰ ਨੇ, ਕਹਿੰਦੇ ਜਿਹੜੀ ਗੁਈਦਾ ਡਰਾਈਵਰੀ ਅਸੀਂ ਲਿਖੀ ਹੈ ਨਾ ਉਹਦੇ ਤੋਂ ਜੇ ਜ਼ਿਆਦਾ ਡਰਾਈਵਰੀ ਕਰੋਗੇ ਤੁਹਾਡਾ ਲਾਇਸੈਂਸ ਬਲੌਕ ਹੋ ਜਾਏਗਾ। ਨਹੀਂ ਬਾਈ, ਰੇਵੋਕਾ ਬਲੌਕ ਨਹੀਂ ਹੁੰਦਾ, ਜੁਰਮਾਨਾ ਹੁੰਦਾ। ਰੇਵੋਕਾ ਕੱਟੋ, ਜੁਰਮਾਨਾ ਲਿਖੋ। ਸੁੱਜੇ ਤੋਂ ਹੋਏਗੀ ਸੰਸਿਓਨਿਆ ਮਿਨਿਸਟ੍ਰਾਤੀਵਾ, ਸਰਕਾਰੀ ਜੁਰਮਾਨਾ ਹੋ ਜਾਣਾ ਉਸ ਡਰਾਈਵਰ ਨੂੰ। ਇਨ ਤੇ ਰੁਸਿਓ ਨੇ ਜਿਹਨੇ ਬ੍ਰੇਕ ਕੀਤੀ 45 ਮਿੰਟ 45 ਮਿੰਟ ਦੋਪੋ ਕੁਆਤਰੋ ਏ ਮੇਜ਼ਾ 4.5 ਘੰਟਿਆਂ ਤੋਂ ਬਾਅਦ। ਕੁਆਤਰੋ ਹੋ ਗਿਆ ਨਾ 4 ਅਤੇ ਮੇਜ਼ਾ ਮੀਨ 1/2 ਘੰਟਾ, 30 ਮਿੰਟ। ਅਤੇ ਆਂਦਾ ਉਹਨੂੰ ਜੁਰਮਾਨਾ ਕਰਾਂਗੇ ਪਹਿਲੀ ਗੱਲ ਜਿਹਨੇ ਬ੍ਰੇਕ ਕੀਤੀ 45 ਮਿੰਟਾਂ ਦੀ 4.5 ਘੰਟੇ ਤੋਂ ਬਾਅਦ। ਉਹ ਨਹੀਂ ਬਾਈ, ਉਹਨੂੰ ਜੁਰਮਾਨਾ ਤਾਂ ਉਹਨੂੰ ਤਾਂ ਸ਼ਾਬਾਸ਼ ਦੇਣੀ ਚਾਹੀਦੀ ਹੈ, 45 ਮਿੰਟ ਹੀ ਹੁੰਦੀ ਹੈ ਬ੍ਰੇਕ ਨਾ, ਇੰਤੇ ਰੁੱਸੇ ਉਹਨੇ 45 ਮਿੰਟ ਹੀ ਬ੍ਰੇਕ ਹੁੰਦੀ। ਇਹ ਵੀ ਗੱਲ ਫਿਰ ਗਲਤ ਹੋ ਗਈ ਬਾਈ। ਹਾਂ ਨਿਸ਼ਾਨੀ ਹੈਗੀ, ਬਲਕਿ ਕੁਰਾਨ ਤਾਂ ਚੀਂਕ ਵੇ ਇਟਾਲੀਅਨ ਜਿਹੜਾ, ਇਹਦੇ ਸਵਾਲ ਗਲਤ ਨੇ, ਕੁਆਤਰੋ ਦੇ ਸਵਾਲ ਗਲਤ ਨੇ ਇਸ ਪੂਰੇ ਚੈਪਟਰ 'ਚ, ਅੱਗੇ ਵੀ ਗਲਤ ਹੀ ਹੋਣੇ ਨੇ। ਬਹਰਹਾਲ ਇੱਥੇ ਤਾਂ ਜ਼ਰੂਰ ਨਿਸ਼ਾਨੀਆਂ ਯੂਜ਼ ਕਰੋ ਜੀ। ਉਸ ਤੋਂ ਬਾਅਦ ਹੈ ਕੁਸਤੀ ਤੁਇਸ਼ੇ ਬਣ ਜਾਏਗੀ ਇਨਫਰਾਸਿਓਨੇ ਗੁਈਦਾਰੇ, ਗਲਤੀ ਬਣੇਗੀ ਕਾਨੂੰਨ ਕਾਨੂੰਨ ਯਾਨੀ ਇਨਫਰਾਸਿਓਨੇ ਮੀਨ ਕਾਨੂੰਨ ਤੋੜਨਾ। ਆਂਦਾ ਸੀ ਇਨਫਰਾਸਿਓਨੇ ਗੁਈਦਾਰੇ, ਇਨਫਰਾਸਿਓਨੇ ਅਸੀਂ ਉਹ ਗਲਤੀ ਮੰਨਾਂਗੇ ਗੁਈਦਾਰੇ ਜਿਹਨੇ ਗੱਡੀ ਚਲਾਈ ਏ ਕੁਆਤਰੋ ਓਰੇ 4 ਘੰਟੇ ਕੌਨਸੀਕਿਊਟਿਵ ਲਗਾਤਾਰ ਸੈਂਸਾ ਇੰਤੇ ਰੁਸਿਓ ਨੇ ਬਗੈਰ ਬ੍ਰੇਕ ਤੋਂ। ਇੱਕ ਬੰਦਾ ਘਰੋਂ ਨਿਕਲਿਆ ਜੀ 8 ਵਜੇ, ਚਲਦਿਆਂ ਚਲਦਿਆਂ ਇਹਨੇ 4 ਘੰਟੇ ਗੱਡੀ ਚਲਾਈ ਲਗਾਤਾਰ, 12 ਵਜੇ ਤੱਕ ਇਹਨੇ ਗੱਡੀ ਜਨਾਬ ਚਲਾਈ ਏ। ਅਤੇ ਆਉਂਦਾ ਇਹ ਸਵਾਲ ਵਾਲਾ ਕਿ ਇਹਨੂੰ ਅਸੀਂ ਜੁਰਮਾਨਾ ਕਰਾਂਗੇ, ਯਾਨੀ ਇਹਨੇ ਗਲਤ ਕੀਤਾ, ਇਨਫਰਾਸਿਓਨੇ ਕਾਨੂੰਨ ਤੋੜਿਆ ਉਸ ਬੰਦੇ ਨੇ ਜਿਹਨੇ 4 ਘੰਟੇ ਲਗਾਤਾਰ ਗੱਡੀ ਚਲਾਈ। ਨਹੀਂ ਭਾਈ, 4 ਘੰਟੇ ਲਗਾਤਾਰ ਚਲਾ ਸਕਦੇ ਉਹ, ਕਾਨੂੰਨ ਤੋੜਨਾ ਨਹੀਂ ਬਣਦਾ।
4.5 घंटे तो बाद एक ब्रेक करी दिए, वो ब्रेक अगर ना की फिर इंफ्रास्योने बनेगी। अंदर जी 4 घंटे गड्डी चलाओगे लगातार तो इंफ्रास्योने बनती है, यानी कानून तोड़ना बनता है। फालसू क्वात्रो है ही, फालसू नहीं, सवाल है ही गलत नहीं। अभी इतनी क्वात्रो आया है, इस चैप्टर च 5-6 बारी क्वात्रो आया है ही गलत है। ए अमेसो इजाजत है यूज कर सकते हो फोलियो दी रजिस्ट्रा से उन्हें, फोलियो दी रजिस्ट्रा से उन्हें कौन है जी? ए जिड़ा मशीन दे विच पैंदा है, क्रोनोताकीग्राफो है, मशीन है जी जिहड़ी बसा ते ट्रकां च लगती है, जिहड़े चीप तैनते वाला कल तुसां चलाना है उस च मशीन लगनी है। इहदा नां है क्रोनोताकीग्राफो, पर ये दो किस्म दी हुंदी है। पुराणियां च इदां दी लगती है, इहदा नां है आनालोजीको, नवियां च इदां दी लगती है, इहदा नां है डिजिटल है। ते इह जिहड़ी है ना क्रोनो मशीन जिहड़ी पुराणी सी आनालोजीको, इहदे च इह डिस्क जी पैंदी है, इहदा नां है फोलियो दी रजिस्ट्रासियोन है। और यह डिस्क 24 घंटिया का डाटा रिकॉर्ड करती है, यह गल बड़ी इंपॉर्टेंट है, 24 घंटिया का डाटा रिकॉर्ड करती है, 24 घंटिया का जिन्ना भी थोड़ी एक्टिविटी वो नोट करती है, उस ज़्यादा नहीं। सवाल सुनो हो प्लीज़, तवज्जो करियो जी। अमेसो इजाज़ दे यूज़ कर लो फोलियो दी रजिस्ट्रासियों ने, ए जड़ा ये कागज़ पे है, इजाज़ दे यूज़ कर लो फोलियो दी रजिस्ट्रासियों ने, वो कागज़ जिहा डिस्क जही क्रोनो ताकीग्राफो जिहड़ी उस मशीन एनालॉजी कुछ पैंदी है, पीयू दी 24 घंटे, 24 तो ज़्यादा है। पीयू लाया सुना हूँ गलत होया, अंदर फोलियो दी रजिस्ट्रासियों ने जिहड़ी डिस्क जी है कागज़ दी 24 घंटे तो ज़्यादा यूज़ होंदी है। नहीं भाई, फीनो बस 24 होंगी, पीयू फालसू। सुजे तो हो जाएगा रे वो का ब्लॉक हो जाएगा पका पका, कारता दी क्वालिफिकेशन ने, कारता क्वालिफिकेशन ने दा मतलब होंगे लसेंस, चीकू ची वाला लसेंस, पता हूँ ची कर रहे उस बाद चीकू ची करना है, वह ना है कारता क्वालिफिक, वो चीकू ची वाला लसेंस है ना जेड़ा, वो बिल्कुल ब्लॉक ही हो जाना है। कुंदू चेंते उस ड्राइवर दा अवतीसता, उस ड्राइवर दा सुपेरा जिन्हें ज्यादा कर लिया पीरियोडो क्विदा ड्राइवरी जिहड़ी प्रेसकृति लिखी सी, आंदा जिहड़ी ड्राइवरी असां लिखी है ना वो किन्नी, एक दिन दी 9-10 घंटे, हफ्ते दी किन्नी है 90/2। तो आंदा जिहड़ी गुविदा सी ड्राइवरी लिखी है ना तुहाडी, उहदे जे तुसीं उपर लै जाओगे तुहाडा लाइसेंस ब्लॉक हो जाएगा। नहीं ब्लॉक नहीं हुंदा, रिवोका हो जाएगा, वो जुर्माना होएगा, फिर वो चेंज पड़ेगा। और असं ये भी पढ़ के आए हैं कि गड़ी सुस्ता लाने वास्ते थोड़ा जहा गुविधा ज़्यादा कर सकने हैं। मैं फिर रिपीट करांगा, कहिंदा है कि लसेंस पक्का पक्का ब्लॉक हो जाएगा जे ड्राइवरी जिहड़ी लिखी असी उहदे तो ज़्यादा करोगे तो। फालसो है जी, जुर्माना होएगा जे तुसी 4.5 घंटे तो बाद ब्रेक करोगे तो जुर्माना होएगा। वो नहीं भाई, वो तो शाबाश देनी चाहिए है, किदा करना है। फिर आंदा जी जिन्हें 4 घंटे लगातार सॉरी जिन्हें 4 घंटे लगातार गड्डी चलाई समझो उन्हें कानून तोड़िया। नहीं भाई, 4 घंटे लगातार चला सकने हैं, 4.5 घंटे चला सकने हैं, उस तो बाद की होंगी है ब्रेक होंगी, उस तो बाद ब्रेक होंगी है 45 मिनट की, क्वात्रो आई फालसो है। फिर आंदा इजाजत है वो जिहड़ा वो मशीन क्रोनो ताकीग्राफो मशीन च फोलियो जिस तरह से उन्हें पैंदा है, वो 24 तो ज़्यादा घंटे उन्होंने तुसी यूज़ कर लो। फालसू, चीकू ची वाला लसेंस ब्लॉक हो जाना है जे तुसी ड्राइवरी जिहड़ी असीं तुहानूं दसी हो तो ज़्यादा ड्राइवरी की थी। फालसू, हाँ निशानियाँ इस पेज विच जी बिल्कुल जी, मैं दस देना जिहड़ियां मेरे ज़हन च ने।
ਫਾਲਸੋ ਦੀ ਨਿਸ਼ਾਨੀ ਕੁਆਤਰੋ ਆਈ ਹੈ ਜੀ, ਇੱਥੇ ਕੁਆਤਰੋ ਆਈ ਫਾਲਸੋ ਹੈ। ਹੈਲੋ, ਫਿਰ ਕੁਆਤਰੋ ਆਇਆ, ਫਿਰ ਫਾਲਸੋ, ਦੋ ਨਿਸ਼ਾਨੀਆਂ ਆਈਆਂ ਨੇ। ਔਰ ਤੀਸਤਾ ਵਾਲਾ ਵੀ ਫਾਲਸੋ ਹੀ ਹੈ ਇਸ ਚੈਪਟਰ 'ਚ।